ਸਵਾਗਤ ਹੈ ਜੀ ਤੁਹਾਡਾ ਸਭ ਦਾ ਤੁਹਾਡੇ ਆਪਣੇ YouTube ਚੈਨਲ ਜਿਸ ਦਾ ਨਾਮ ਹੈ ਅਮਿਤ ਜਿੰਦਲ UGC NET A NET ਦੇ ਵੱਲੋਂ ਬਹੁਤ ਹੀ ਮਹੱਤਵਪੂਰਨ ਪਬਲਿਕ ਨੋਟਿਸ ਜਾਰੀ ਕੀਤਾ ਗਿਆ ਹੈ ਜੋ ਕਿ ਫੇਜ਼ 2 ਦੇ ਵਿੱਚ ਜੋ ਐਗਜ਼ਾਮੀਨੇਸ਼ਨ ਹੋਣੀ ਸੀ ਉਹਦੇ ਨਾਲ ਸੰਬੰਧਿਤ ਹੈ ਸ਼ਡਿਊਲ ਹੈ ਡੇਟਸ ਨੇ ਐਗਜ਼ਾਮੀਨੇਸ਼ਨ ਦੀਆਂ ਇਹਦੇ ਵਿੱਚ ਦੱਸਿਆ ਗਿਆ ਜੀ ਕਿ ਨੈਸ਼ਨਲ ਟੈਸਟਿੰਗ ਏਜੰਸੀ ਕੰਡਕਟਡ ਦਾ ਫੇਜ਼ 1 ਆਫ UGC NET ਦਸੰਬਰ 2021 ਤੇ ਜੂਨ 2022 ਮਰਜਰ ਸਾਈਕਲ ਹੈ ਜੋ ਉਹਦੀ ਐਗਜ਼ਾਮੀਨੇਸ਼ਨ 9 11 ਅਤੇ 12 ਜੁਲਾਈ 2022 ਨੂੰ 33 ਵਿਸ਼ਿਆਂ ਦੇ ਵਿੱਚ 310 ਐਗਜ਼ਾਮੀਨੇਸ਼ਨ ਸੈਂਟਰਾਂ ਦੇ ਵਿੱਚ ਤੇ 225 ਸਿਟੀਆਂ ਦੇ ਵਿੱਚ ਕੰਡਕਟ ਕੀਤੀ ਜਾ ਚੁੱਕੀ ਹੈ ਤੇ ਜੋ ਫੇਜ 2 ਦੇ ਵਿੱਚ ਐਗਜ਼ਾਮੀਨੇਸ਼ਨ ਹੋਣੀ ਸੀ 12 13 ਅਤੇ 14 ਅਗਸਤ ਨੂੰ ਇਹਦੇ ਨਾਲ ਸੰਬੰਧਿਤ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਇਹ ਹੈ ਜੀ ਕੇ ਹੁਣ ਇਹ ਰੀਸ਼ਡਿਊਲ ਕੀਤੇ ਗਏ ਨੇ ਜੋ ਸਾਈਕਲ ਨੇ ਦਸੰਬਰ 2021 ਤੇ ਜੂਨ 2022 ਫੇਜ਼ 2 ਜੋ ਐਗਜ਼ਾਮੀਨੇਸ਼ਨ 12 13 ਅਤੇ 14 ਅਗਸਤ ਨੂੰ ਹੋਣੀ ਸੀ ਹੁਣ ਇਹ ਐਗਜ਼ਾਮੀਨੇਸ਼ਨ ਹੈ ਜਿਹੜੀ ਫੇਜ਼ 2 ਵਾਲੀ 20 ਅਤੇ 30 ਸਤੰਬਰ ਦੇ ਵਿਚਕਾਰ ਹੋਵੇਗੀ 12 13 ਤੇ 14 ਅਗਸਤ ਨੂੰ ਜੋ ਪੇਪਰ ਹੋਣਾ ਸੀ ਹੁਣ ਉਹ ਰੀਸ਼ਡਿਊਲ ਕਰਕੇ 20 ਤੋਂ 30 ਸਤੰਬਰ ਦੇ ਵਿਚਾਲੇ ਹੋਊਗਾ ਜਿਹਦੇ ਵਿੱਚ 64 ਸਬਜੈਕਟ ਨੇ ਇਹਨਾਂ ਦੀ ਡਿਟੇਲ ਹੈ ਜੋ ਨੇ ਅਗਜ਼ਰ 1 ਦੇ ਵਿੱਚ ਆ ਉਹਦੇ ਨਾਲ ਵੀ ਤੁਹਾਨੂੰ ਜਾਣੂ ਕਰਵਾਵਾਂਗੇ ਤੇ ਇਹਦੇ ਵਿੱਚ ਦੱਸਿਆ ਗਿਆ ਜੀ ਕਿ 11 ਸਤੰਬਰ ਨੂੰ ਸਿਟੀ ਆਫ ਐਗਜ਼ਾਮੀਨੇਸ਼ਨ ਸੈਂਟਰ ਡਿਸਪਲੇ ਕੀਤੇ ਜਾਣਗੇ ਤੇ ਵਿਦਿਆਰਥੀਆਂ ਦੇ ਐਡਮਿਟ ਕਾਰਡ ਨੇ ਜੋ 16 ਸਤੰਬਰ ਨੂੰ ਆਣਗੇ ਤੇ ਨਾਲ ਹੀ ਕੈਂਡੀਡੇਟਸ ਨੂੰ ਸਲਾਹ ਕੀਤੀ ਗਈ ਹੈ ਕਿ ਕੈਂਡੀਡੇਟਸ ਆਰ ਐਡਵਾਈਜ਼ਡ ਨੋਟ ਟੂ ਗੋ ਬਾਈ ਫੇਕ ਨੋਟਿਸ ਬੀਇੰਗ ਸਰਕੂਲੇਟਡ ਇਨ ਦਾ ਸੋਸ਼ਲ ਮੀਡੀਆ ਤੇ ਜੇ ਤੁਸੀਂ ਕੋਈ ਜਾਣਕਾਰੀ ਲੈਣੀ ਹੈ ਦੀ ਆਫੀਸ਼ੀਅਲ ਵੈਬਸਾਈਟ ਦੇ ਉੱਪਰੋਂ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਇਹ 64 ਵਿਸ਼ਿਆਂ ਦੀ ਲਿਸਟ ਹੈ ਜੀ ਜਿਨ੍ਹਾਂ ਦੇ ਪੇਪਰ ਨੇ 20 ਤੋਂ ਲੈ ਕੇ 30 ਸਤੰਬਰ ਦੇ ਵਿੱਚ ਹੁਣ ਇਹਨੇ 34 ਸਬਜੈਕਟ ਨੇ ਜੋ ਇੱਕ ਪੇਜ ਦੇ ਉੱਪਰ ਨੇ ਤੇ 30 ਸਬਜੈਕਟ ਨੇ ਜੋ ਇੱਕ ਪੇਜ ਦੇ ਉੱਪਰ ਨੇ ਤੁਸੀਂ ਪੂਰੀ ਡਿਟੇਲ ਚੈੱਕ ਕਰ ਸਕਦੇ ਹੋ ਹੋਰ ਜਾਣਕਾਰੀ ਦੇ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਦੋਸਤਾਂ ਦੇ ਨਾਲ ਸ਼ੇਅਰ ਕਰੋ